ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਿਸਟਰ ਸਿੰਘ ਪ੍ਰੋਡਕਸ਼ਨਸ ਪ੍ਰੇਜ਼ੈਂਟਸ ਕੋਟ ਬ੍ਰਹਮੰਡਾ ਦੇ ਮਾਲਕ ਜਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜ ਮੇਲਾ ਹੋਲਾ ਮਹੱਲਾ ਮਨਾ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਵਾਹੋ ਵਾਹ ਗੋਬਿੰਦ ਸਿੰਘ ਵਾਹ ਪ੍ਰਗਟਿਓ ਮਰਦ ਅਗਮਣਾ ਬ੍ਰਿਆਮ ਅਕੇਲਾ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਰਤਾਰ ਕੀ ਸੋਗੰਦ ਨਾਨਕੀ ਕਸਮ ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਉਤਨੀ ਹੀ ਕੰਮ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਵਿਲੱਖਣ ਤੇ ਅਨਿਖੜਵਾ ਅੰਗ ਹੁੰਦਾ ਹੈ ਜਿਸ ਕਰਕੇ ਉਸ ਦੀ ਪਛਾਣ ਹੁੰਦੀ ਹੈ ਕੋਈ ਜਰਨੈਲ ਹੁੰਦਾ ਹੈ ਕੋਈ ਸੂਰਬੀਰ ਹੁੰਦਾ ਹੈ ਕੋਈ ਜੋਧਾ ਹੁੰਦਾ ਆ ਕੋਈ ਜਰਨੈਲ ਹੁੰਦਾ ਆ ਪਰ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਵੱਲ ਨਿਗਾਹ ਮਾਰੀਏ ਤੇ 42 ਬਰੇ ਕੀ ਹੁੰਦੇ ਹਨ 42 ਬਰਿਆਂ ਵਿੱਚ ਅਜਿਹੇ ਕੰਮ ਕਰ ਦਿੱਤੇ ਕਿ ਜਿਸ ਦੀ ਮਿਸਾਲ ਮਿਲਣੀ ਦੁਨੀਆ ਵਿੱਚ ਬੜੀ ਔਖੀ ਹੈ ਜੇ ਉਸੇ ਹੱਥ ਵਿੱਚ ਕਲਮ ਫੜੀ ਤੇ ਉੱਚ ਕੋਟੀ ਦਾ ਸਾਹਿਤ ਲਿਖ ਦਿੱਤਾ ਜੇ ਉਸੇ ਹੱਥ ਵਿੱਚ ਛਤਰੂਆਂ ਦੇ ਖਿਲਾਫ ਤਲਵਾਰ ਫੜੀ ਤੇ ਜ਼ੁਲਮ ਲਾਸ਼ਾਂ ਦੇ ਢੇਰ ਲਾ ਦਿੱਤੇ ਐਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਸਨ ਜੇ ਆਪਾਂ ਸਾਹਿਬੇ ਕਮਾਲ ਦੀ ਸ਼ਖਸੀਅਤ ਬਾਰੇ ਸਰ ਮਕੈਲਫ ਇੱਕ ਯੂਰਪ ਦਾ ਵਿਦਵਾਨ ਹੋਇਆ ਉਹ ਲਿਖਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੀ ਧਰਤੀ ਤੇ ਜਨਮ ਲਿਆ ਹੁੰਦਾ ਤੇ ਅਸੀਂ ਸਾਰੇ ਵਰਲਡ ਤੇ ਰਾਜ ਕਰਨਾ ਸੀ 14 ਜੰਗਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਲੜੀਆਂ 1 ਇੰਚ ਜ਼ਮੀਨ ਵੀ ਆਪਣੇ ਨਾਂ ਨਹੀਂ ਕੀਤੀ ਐਸੇ ਕਲਗੀਆਂ ਵਾਲੇ ਪਾਸ਼ਾ ਸਨ ਸਾਡੇ ਜੇ ਆਪਾਂ ਦਾਨੀਆਂ ਦੀ ਗੱਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਹਾ ਦਾਨੀ ਵੀ ਕੋਈ ਨਹੀਂ ਸੀਗੀ ਸਭ ਤੋਂ ਪਹਿਲਾਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਕਸ਼ਮੀਰੀ ਪੰਡਤਾਂ ਦੀ ਰਾਖੀ ਦੇ ਲਈ ਤੋਤੀ ਤੇ ਟੋਪੀ ਦੀ ਰਾਖੀ ਦੇ ਲਈ ਦਿੱਲੀ ਚਾਂਦਨੀ ਚੌਕ ਵਿਖੇ ਸ਼ਹਾਦਤ ਦੇਣ ਲਈ ਤੋਰਿਆ ਬੁੱਲੇ ਸ਼ਾਹ ਲਿਖਦਾ ਹਨ ਨਾ ਕਹੂੰ ਅੱਬ ਕੀ ਤੇ ਨਾ ਕਹੂੰ ਤੱਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ ਚਮਕੌਰ ਦੀ ਗੜੀ ਵਿੱਚ ਵੱਡੇ ਸਹਬਜ਼ਾਦੇ ਸ਼ਹਾਦਤ ਦਾ ਜ਼ਾਮ ਪੀ ਗਏ ਫਤਿਹਗੜ ਸਾਹਿਬ ਦੇ ਵਿੱਚ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਸ਼ਹਾਦਤ ਦਾ ਜ਼ਾਮ ਪੀ ਗਏ ਤੇ ਸਾਹਿਬੇ ਕਮਾਲ ਅੱਖੀਂ ਦੇਖ ਕੇ ਜਿਕਾਰੇ ਛੱਡਦੇ ਰਹੇ ਐਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਹੋਏ ਇੱਕ ਮੁਸਲਮਾਨ ਰਾਈਟਰਸ ਬਾਦਸ਼ਾਹ ਦੇ ਜੀਵਨ ਬਾਰੇ ਲਿਖਣ ਲੱਗਦਾ ਹੈ ਕਲਮ ਚੁੱਕਦਾ ਹੈ ਕਹਿੰਦਾ ਜਦੋਂ ਮੈਂ ਹੇਮਕੁੰਟ ਸਾਹਿਬ ਪਹਾੜਤ ਵੱਲ ਨਿਗਾਹ ਮਾਰਦਾ ਹਾਂ ਤੇ ਮੈਨੂੰ ਇੱਕ ਸੰਤ ਦਿਖਾਈ ਦਿੰਦਾ ਹੈ ਜਦੋਂ ਮੈਂ ਪੋਂਟਾ ਸਾਹਿਬ ਵੱਲ ਨਿਗਾਹ ਮਾਰਦਾ ਹਾਂ ਤੇ ਮੈਨੂੰ ਇੱਕ ਕਵੀ ਦਿਖਾਈ ਦਿੰਦਾ ਹੈ ਜਦੋਂ ਮੈਂ ਮਾਸ਼ੀਵਾੜੇ ਦੇ ਜੰਗਲਾਂ ਵੱਲ ਨਿਗਾਹ ਮਾਰਦਾ ਹਾਂ ਤੇ ਮੈਨੂੰ ਇੱਕ ਬਾਦਸ਼ਾਹ ਦਰवेश ਦਿਖਾਈ ਦਿੰਦਾ ਹੈ ਤੇ ਆਖਿਰ ਇਹ ਹਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਐਸੇ ਪਾਸ਼ਾ ਸਾਰਾ ਸਰਵੰਸ ਵਾਰ ਦਿੱਤਾ ਤੇ ਕੋਈ ਗਿਲਾ ਨਹੀਂ ਸੱਚੇ ਪਾਸ਼ਾ ਦੇ ਨਾਲ ਤੇ ਸਾਡੇ ਵਾਲੇ ਇਸ਼ਾਰਾ ਕਰਕੇ ਆਖ ਦਿੱਤਾ ਇਨ ਪੁੱਤਰਨ ਕੇ ਸੀਸ ਤੇ ਵਾਰ دیے ਸਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕੇ ਹੀ ਹਜ਼ਾਰ ਐਸੇ ਪਾਸ਼ਾ ਸੰ ਸਾਡੇ ਅੱਜ ਆਪਾਂ ਸਾਰੇ ਹੀ ਕਿੱਥੇ ਖੜੇ ਹਾਂ ਅੱਜ ਸਾਡੇ ਹਾਲਾਤ ਕਿਹੋ ਜਿਹੇ ਬਣੇ ਹੋਏ ਆਪਾਂ ਚਿੰਤਾ ਤਾਂ ਇਸ ਗੱਲੋਂ ਕੇ ਅੱਜ ਸਾਡਾ ਨੌਜਵਾਨ ਕਿਸ ਪਾਸੇ ਨੂੰ ਤੁਰ ਪਿਆ ਹੈ ਕਿਉਂਕਿ ਕਸੂਰਵਾਰ ਤੇ ਅਜ ਅਸੀਂ ਮਾਪੇ ਵੀ ਹਾਂ ਅਸੀਂ ਆਪਣੇ ਬੱਚਿਆਂ ਨੂੰ ਉਸ ਸਰਹੰਦ ਦੀ ਖੂਨੀ ਦੁਵਾਰ ਬਾਰੇ ਦੱਸੇ ਨਹੀਂ ਸਕੇ ਜੇ ਅਸੀਂ ਅੱਜ ਮਾਵਾਂ ਵੀ ਅਵੇਸਣੀਆਂ ਹੋ ਗਈਆਂ ਹਨ ਅੱਜ ਆਪਾਂ ਸਾਰੇ ਤਾਂ ਗੱਲਾਂ ਕਰ ਰਹੇ ਹਾਂ ਕਿ ਨੌਜਵਾਨ ਕੁਰਾਹੇ ਪੈ ਗਿਆ ਆਪਣੇ ਸੱਭਿਆਚਾਰ ਤੋਂ ਆਪਣੇ ਸੱਭਿਆਚਾਰ ਨੂੰ ਭੁੱਲ ਗਿਆ ਆਪਣੀ ਰਹਿਣੀ ਵਹਿਣੀ ਨੂੰ ਭੁੱਲ ਗਿਆ ਪਰ ਕਸੂਰਵਾਰ ਕੌਣ ਹੈ ਕਸੂਰਵਾਰ ਮਾਪੇ ਆ ਕਸੂਰਵਾਰ ਬੱਚੇ ਨਹੀਂ ਹੈਗੇ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕੇ ਕਿ ਸਾਡਾ ਸੱਭਿਆਚਾਰ ਕੀ ਹੈ ਅਸੀਂ ਦੱਸਿਆ ਨਹੀਂ ਹਸ ਆਪਣੇ ਬੱਚਿਆਂ ਨੂੰ ਸੋ ਆਓ ਆਪਾਂ ਆਪਣੇ ਮਾਪੇ ਵੀ ਆਪਣੇ ਫਰਜ਼ ਪਛਾਣੀਏ ਤੇ ਆਪਣੇ ਬੱਚਿਆਂ ਨੂੰ ਗੁਰਮਤ ਦੇ ਧਾਰਨੀ ਬਣਾਈਏ ਫਿਰ ਉਹ ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਇੱਕ ਨਰੋਏ ਸਮਾਜ ਦੀ ਸਜਣਾ ਕਰਨਗੇ ਆਓ ਆਪਾਂ ਸਾਰੇ ਰਲ ਮਿਲ ਕੇ ਯਤਨ ਕਰੀਏ ਹੋਲਾ ਮਹੱਲਾ ਮਨਾਣ ਦਾ ਤਾਂ ਹੀ ਸਫਲ ਹੈ ਜੇ ਆਪਾਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਇੱਕ ਨਰੋਏ ਸਮਾਜ ਦੀ ਸਜਣਾ ਕਰ ਸਕੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ